ਕਰ ਮੰਦੀ ਦਾ ਕੰਮ ਕਰੀਏ ਮੇਰੇ ਦਿਲ ਬਿਲਕੁਲ ਮੂੰਹ ਦੀ ਗੱਲ ਦਿਲ ਦੀ ਗੱਲ ਛਿਕ ਲਈ ਏ ਮੈਂ ਵੀ ਇਹੋ ਆਖਣਾ ਚਾਹੁੰਦਾ ਸੂ ਕੋਈ ਅੱਜ ਅਕਲ ਮੰਦੀ ਦਾ ਕੰਮ ਕਰੀਏ ਅੱਕੇ ਲੋਕੀ ਰਮਜ਼ੀ ਸਿਆਣਾ ਸਿਆਣਾ ਕਰਦੇ ਮਰ ਜਾਵਣ ਆ ਲੋਕੀ ਹੈਰਾਨ ਹੋ ਜਾਵਣ ਕਿ ਰਮਜ਼ੀ ਕੈਸੇ ਫੈਸਲੇ ਕਰ ਰਿਹਾ ਕੋਈ ਲੜਾਈ ਛੜਾਈ ਪਵਾ ਦੇਵੀਏ ਕਿਸੇ ਦੀ ਆਪਸ ਚ ਉਸ ਤੋਂ ਬਾਅਦ ਲੜਾਈ ਪਵਾ ਕੇ ਛਡਾ ਕੇ ਤੇ ਕੋਈ ਇਨਸਾਫ ਕਰੀਏ ਇਹ ਤਾਂ ਤੈਨੂੰ ਉਸਤਾਦ ਪਤਾ ਮੇਰਾ ਕੰਮ ਸ਼ੁਰੂ ਤੋਂ ਹੀ ਹੋਇਆ ਲੜਾਈਆਂ ਪਵਾਉਣਾ ਲੜਾਈਆਂ ਪਵਾ ਦੇ ਤੂੰ ਲੜਾਈਆਂ ਪਵਾਈ ਜਾ ਮੈਂ ਇਨਸਾਫ ਕੀਤੀ ਆਵਾਂਗਾ ਚਲੋ ਆ ਜਾ ਚਲੋ ਕੋਈ ਪਈ ਪਵਾਈ ਲੱਭ ਜਾਵੇ ਨਾ ਅਰਜੈਂਟ ਲੜਾਈ ਤਾਂ ਚੱਸ ਠੀਕ ਹੈ सुबह खड़का करके सुबहान अल्लाह ਵੇਖ ਰੱਤੇ ਲਾਲ ਪਰਾਂਗ ਤੇ ਪਈ ਦੀ ਮੰਜਲ ਪਰੀ ਪਈ ਹੁੰਦੀ ਏ 24 ਘੰਟੇ ਤਰੀਆ ਆਦਾ ਤੇ ਮੈਂ ਤਰੀਆ ਤਾਂ ਨਹੀਂ ਚੰਗੀਆਂ ਲੱਗਦੀਆਂ ਨੇ ਆ ਕੱਟੇ ਵਾਂਦੀ ਪਈਆਂ ਬੋਖਤ ਦਾਉਣੀਆਂ ਖਾਂਦੇ ਖਲੇ ਇਹਨਾਂ ਨੂੰ ਉੱਠ ਪਈਆ ਪਰ ਖਾਲ ਚਾ ਤੋ ਠੋਕੀਆਂ ਗੂ ਤਨਕੀ ਉਹ ਦਿਲ ਤਾਂ ਦੱਬੀਆਂ ਅੱਛਾ ਬੜਾ ਸਿਆਣਾ ਆ ਗਿਆ ਮਾਲ ਤਾਂ ਤੇਰੇ ਕੋਲ ਨਹੀਂ ਹੁੰਦਾ ਪਿਆ ਮੈਂ ਜਣੀਆਂ ਸਾਰਾ ਦਿਨ ਘਰ ਦਾ ਕੰਮ ਕਾਰ ਕਰਕੇ ਮੈਂ ਨਹੀਂ ਥੱਕਦੀ ਹੈਗੀ ਅੱਛਾ ਇਹਨਾਂ ਨੂੰ ਖਾਲੀ ਮੈਂ ਪਾਵਾਂ ਪੱਠੇ ਵੀ ਮੈਂ ਪਾਵਾਂ ਤੇ ਤੇਰਾ ਕੀ ਫਾਇਦਾ ਬਾਰੂ ਕਾਲ ਕੇ ਲਿਆਉਣਾ ਹੈ ਨਾ ਤੋਬਾ 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 ਅੱਲਾ ਮਾਫੀ ਦੇਵੇ ਰੰਨਾ ਦੀ ਜ਼ਾਤ ਤੂੰ ਹੈ ਵੇਖ ਫੱਫੇ ਕੁੱਟਣੀ ਉੱਤੂ ਲੂਣ ਲਾਈ ਜਾਂਦੀ ਮੈਨੂੰ ਹੈ ਹਾਂ ਲੂਣ ਲਾਈ ਜਾਣੀ ਲੂਣ ਤਾਂ ਤੂੰ ਲਾਈ ਜਾਣਾ ਉਲਟਾ ਪਿਆਨ ਹੈਗਾ ਇਹਨੂੰ ਖਾਲ ਚ ਪਾਣਾ ਹੈ ਬੁਖਤ ਦਾਵਣੀਆਂ ਖਾਂਦੇ ਪੈਣ ਤੂੰ ਨਹੀਂ ਦਾਵਣੀਆਂ ਖਾਣਾ ਹੈਗਾ ਚੁੱਪ ਕਰ ਤੇ ਬਹੁ ਗਣੀਆਂ ਗੱਲਾਂ ਨਾ ਕਰ ਜਾ ਰੋਟੀ ਬਜਾਤ ਲਾਇਆ ਜਾ ਰੋਟੀ ਬਜਾ ਲਿਆ ਲੈ ਆਉਣੀ ਰੋਟੀ ਪਰ ਖਾਵਣੀ ਕਿਹ ਨਾ ਲਈ ਉਹ ਖਾਵਣੀ ਕਿਹ ਨਾ ਲਈ ਭਾਜੀ ਨਹੀਂ ਪਕਾਈ ਤੋਂ ਭਾਜੀ ਨਹੀਂ ਪਕਾਈ ਮੈਂ ਭਾਂਡੇ ਧੋਤੇ ਨੇ ਬਹੁ ਖਰਾ ਦਿੱਤੀਆਂ ਨੇ मजाजी खुदा गुजबान तेरा हाथ मजाजी खुदा तचाई खली चंगा तमाशा बनाई खली है तू नहीं बनाई खलोता चुप कर आगत बल्दी तेल पावे खबरदार जो गल की साड़ी घर की गल है ਗੱਲ ਦੀ ਗੱਲ ਕੋਣ ਹੈ ਜੇ ਕੋਈ ਹੱਕ ਦੀ ਗੱਲ ਕਰੇ ਤਾਂ ਤੂੰ ਮੂਝੇ ਤੇ ਰੱਖਣਾ ਸਾਡੀ ਘਰ ਦੀ ਗੱਲ ਹੈ ਹੈ ਵੀਰਮ ਜੀ ਸਿਆਣਿਆ ਹੱਕ ਦੀ ਗੱਲ ਤੂੰ ਕਰਨੀ ਹੈ ਨਹੀਂ ਮੈਂ ਤਾਂ ਹੱਕ ਦੀ ਹੀ ਗੱਲ ਕਰਨ ਆਇਆ ਔਰ ਹੱਕ ਦੀ ਹੀ ਗੱਲ ਸਾਰੀ ਜ਼ਿੰਦਗੀ ਕੀਤੀ ਹੈ ਔਰ ਹੱਕ ਦੀ ਹੀ ਕਰਦਾ ਰਵਾਂਗਾ ਤਾਂ ਇਹ ਜੋ ਲਿਤਰਾ ਲਿਤਰੀ ਹੋਇਆ ਖਲਿਆਣ ਇਹਨਾਂ ਦਾ ਕੋਈ ਵਿਚਲੀ ਗੱਲ ਦਾ ਪਤਾ ਹੀ ਲੱਗੇ ਮੋੜੀ ਨਾਮ ਦਾ ਹੱਕ ਦਾ ਫੈਸਲਾ ਕਰੀਏ ਵੈਰੀ ਗੁੱਡ ਸ਼ਾਬਾਸ਼ ਸਹੀ ਗੱਲ ਕੀਤੀ ਹੈ ਲਓ ਜੀ ਹੁਣ ਤੁਸੀਂ ਆਪੋ ਆਪ ਦਾ ਮਸਲਾ ਬਿਆਨ ਕਰੋ ਇੱਕ ਤਾਂ ਵੀ ਗਾਹ ਦੀ ਕਰਦਾ ਤੇ ਇਹਨਾਂ ਥੱਕ ਜਾਣਾ ਮੈਂ ਘਰ ਦਾ ਸਾਰਾ ਕੰਮ ਕਰਨੀ ਆ ਆਟਾ ਗੁਣ ਰੋਟੀਆਂ ਪਕਾ ਸਾਲਣ ਪਕਾ ਬੋਖਰਾਂ ਦੇ ਭਾਂਡੇ ਦੋ ਇਹਨਾਂ ਨਾਲ ਜ਼ਿਆਦਾ ਕੰਮ ਮੈਂ ਕਰਨੀ ਆ ਜਾਂ ਇਹ ਕਰਦਾ ਇਹ ਗੱਲ ਤੂੰ ਮੈਨੂੰ ਦੱਸ ਅਗਰ ਕੰਮ ਗਿਣੇ ਜਾਵਣ ਤਾਂ ਤੇਰੇ ਜ਼ਿਆਦਾ ਬਣਦੇ ਨੇ ਤੂੰ ਕਿਉਂ ਭਾਈ ਇੱਕ ਕੰਮ ਕਰਕੇ ਥੱਕ ਜਾਣਾ ਤੇਰੇ 'ਚ ਕੈਲਸ਼ੀਅਮ ਦੀ ਕਮੀ ਹੈ ਓ ਸਿਆਣਾ ਹੋਸੀ ਤੇ ਆਦੇ ਘਰੇ ਹੋਸੀ ਤੂੰ ਗੱਲ ਸੁਣ ਮੇਰੀ ਪੂਰੇ ਬਾਹਰ ਨਾਲ ਕਰਦੇ ਆਂਦੇ ਜੇ ਸਿਆਣਾ ਹੋਸੇ ਤੇ ਬਾਹਰ ਹੋਸੀ ਤੁਸੀਂ ਆਂਦੇ ਨੇ ਘਰ ਹੋਸੀ ਦੱਸੋ ਮੈਂ ਸਿਆਣਾ ਹਾਂ ਕਿਤੇ ਬਾਂਗਾ ਰੋਠੀਨਾ ਅੱਛਾ ਆਵੇਂ ਦਾ ਪਈ
त्राए कट्टे सान खले माया जाना रो ठीना पल्ली दात्री चाहते माल द पट्ठा बाड़ा करके दुपारी आना मैं ठीक है अगू सुत्ती पे आंदी सर रात समझिए को सर दियार समझिए ओ घर दा काम भी नहीं कर दी उल्टा वेख लो तेरा मुंह सजी होया जे घर दा काम ए नहीं कर दी तो मोर घर दे काम कौन कर जांदा है पोछिनो तू पोछन दे कुल भाई सारा पकाया आज मां जी भूख तुडावनिया खांदा वना हां भाई तू सालन क्यों नहीं पकाया जे पकाया है तो दस सालन मैं पकावा सुज मेनू सब्जी लिया के देवे आया था पैसे इन दी जेब च कोनी आटा पिया मैं पका लिया गुन के अचार है गए इन मैं खचाना रोटी खा लगू आंदा ना मैं भुक्त दामनिया खांदा वना ते इन्ने मेनू मार मार के मेरा हाल वे की कर दिता तेरा हाल वे के ते मेरा दा दिल दुखी होया खोलता है आज अदालत गमदी पई है तेरा हाल वे ते फैसला मैं मोड हुने करा के जाठर ते करा मजीद एक होर तैनू मौका दिता जंदा आदे हक च बोल बोलिया खरा जितना काम मैं करा उतना काम मैं करे एक इंच का फर्क नहीं होना चाहिए ठीक हो गया लो जनाब फैसला रमजी सियाने दा फिर सुन लो सुनाओ जी एक दिन तू बंदा बन के रहना अच्छा तू पट्ठा बड़ा करना है बंदे आला काम करना तू एक दिन रन बन के घर दे सारे काम करने लो जी आज दा फैसला टल हयातिया नहीं फैसला तो मैं सुना कीता जी मैं सुनिया मैं डिठा है बस ठीक है फैसला हो गया गल मुक गई आज तो बाद तू रन्ना आले कपड़े पाए कीते कर से मौला बशका ते तू सुगरी बंदे आले कपड़े पाए कर से जिस दे तेरी बंदे आली ड्यूटी होएगी ओ मौला बशका देरा मेरा उस्ताद फैसला कीता है ए तैनू मंजूर है हां मैं तो मंजूर है मैं भी मंजूर है ठीक है बस ठीक है साडे इंसाफ दे एवें टल खड़कदे रहणगे और रमदी सियाने दा इंसाफ होंदा रहेगा टन 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 चंगे भले बंदे रन बन गए हैं बांडे दो ले गया है कितना बड़ा है दसो भाई दो जी हैं तो सारे सारे बांडे चगले पे खबर रन करनी की है क्या बनाई खली है ये काम नहीं करने पाएगा शर्मा जी रानी कबड़ी जी और सुना सी पेटियां ही दो कपड़े ही दो बांडे दो और कट्टे ना नहीं कट्टे ना वही कौन दिया जाप पे ना वही दिवस आटा ही गुनना पौ अच्छा ये तो काम हो गया चल एक शेर दी पीर तलक थी ए उस्ताद जी जेड़ा कल आप फैसला कीता किसे अंदर पे अमल कीता कोई नहीं चल पता ना करी इस वास्ते तो मैं तेनु लेके आंदा पे भी सुर करिए ओहो माला बस्क बहन की हाल है फैसले ते अमल दरामद हो रहा है कि कोई नहीं हो रहा फैसले ते अमल दरामद लांब निकली खली मिट्टी पौंदी भी वेच फुल पौंदे पए ने ख्याल कर समझ ना आटा गुन मुंदरियां ला दे वे आटा फसदा ही यार कोई ना हाल मुंदरियां यहां चगलिया से उस्ताद वास्ते एक नवी गाल चंगी मेनू लगी है की नवी गाल चंगी लगी जे खुसरा मुठ्ठा रख लेंदा रख वरना ते या लिरु खाणिया आ बेड़ा नहीं उन गाल एडी वैसे
ਗੌਰ ਨਾਲ ਵੇਖਣ ਦੀ ਵੀ ਉਹ ਤੂੰ ਗੱਲ ਸਹੀ ਕੀਤੀ ਹੈ ਕਹਿ ਲੱਗਦਾ ਜੀ ਮੈਂ ਖੁਸਰੇ ਨੇ ਤਾਜ਼ੀਆਂ ਤਾਜ਼ੀਆਂ ਮੁੱਛਾਂ ਰੱਖੀਆਂ ਓਏ ਮੈਂ ਤੇਰੇ ਦੇ ਸਿਰ ਵਾਲੇ ਪਰਾਂ ਵਗ ਜਾ ਤੇ ਮੈਂ ਆਟੇ ਦੇ ਪਰਾਂ ਮਥਾ ਮੂੰਹ ਉਤਰਾਂਗਤੇ ਖਾਚ ਨਹੀਂ ਤਾਂ ਐਂ ਲੱਗਦਾ ਪਿਆ ਜੀ ਮੈਂ ਖੁਸਰੇ ਨੂੰ ਨਾ ਮੈਨਾਂ ਕ ਕੰਮ ਨਹੀਂ ਲੱਭਦਾ ਤੇ ਉਹਦੀਆਂ ਮੁੱਛਾਂ ਬਾਹਰ ਨਿਕਲ ਗਈਆਂ ਅੱਛਾ ਤੂੰ ਆਖਣਾ ਕੀ ਚਾਹਨਾ ਨਹੀਂ ਨਹੀਂ ਕੰਮ ਕਰੋ ਨਹੀਂ ਮੇਰੀ ਬਿਜਲੀ ਗੱਲ ਤਾਂ ਆਖਣਾ ਕੀ ਚਾਹਨਾ ਡਿਊਟੀ ਐਸ ਡਿਊਟੀ ਡਿਊਟੀ ਕਰੋ ਜਿਹੜੀ ਤੁਹਾਡੀ ਹੈ ਤੁਹਾਡੀ ਬੀਵੀ ਗਈ ਹੋਈ ਹੈ ਆਦੀ ਡਿਊਟੀ ਕਰਨ ਵਾਸਤੇ ਤੁਸੀਂ ਇੱਥੇ ਬੀਵੀ ਬਣ ਕੇ ਆਪ ਡਿਊਟੀ ਕਰੋ ਤੇ ਜ਼ਿਆਦਾ ਆਟਾ ਉਹਨਾਂ ਨੂੰ ਨਾ ਪਾ ਕਿਉਂ ਉਹਨਾਂ ਸੇਵਕਾਂ ਪਾਉਂਦੀਆਂ ਨੇ ਆਟੇ ਨਾਲੋਂ ਮੋਟੇ ਹੋ ਜਾਸਨ ਫਿਰ ਉਹਨਾਂ ਨੇ ਉਡਣਾ ਕੋਈ ਨਹੀਂ ਬਾਹਰੇ ਹੋ ਜਾਸਨ ਪਰ ਵੰਦਰਾ ਮੈਂ ਆਟੇ ਦੇ ਪਰਾਤ ਮੂੰਹ ਦੁੱਤੇ ਮਰਸਾਂ ਵਗਦੇ ਪਰਾਂ ਉਸਤਾਦ ਜੀ ਮੈਨੂੰ ਲੱਗਦਾ ਪਿਆ ਨੁਕਲ ਵਾਲਾ ਫੈਸਲਾ ਆਪਣਾ ਕਬੂਲ ਨਹੀਂ ਹੈ ਇਹਨੂੰ ਕਬੂਲ ਹੋਵੇ ਜਾਂ ਨਾ ਹੋਵੇ ਆਪਾਂ ਤਰਕੜੀ ਤੋਲਵੀ ਸਿੱਧੀ ਸਾਵੀ ਹੱਕ ਦੀ ਗੱਲ ਕਰ ਛੱਡੀ ਏ ਇਹਨੂੰ ਫੈਸਲਾ ਕਬੂਲ ਹੈ ਜਾਂ ਨਹੀਂ ਇਹ ਕਰੇ ਕਬੂਲ ਚਲ ਆ ਜਾ ਬਈ ਪਰਾਂ ਵਗ ਜਾ ਆਏ ਮੁਰਲੀਆ ਸੁਗਰੇ ਹਾਨੀਆ ਕੋ ਨਵੇਂ ਬਿਮਾਰੀ ਲੱਗ ਗਈ ਹੈ ਤੈਨੂੰ ਓ ਕਰਮਾਲੀਏ ਓਏ ਸੁਗਰੀ ਨਹੀਂ ਹਾਂ ਓਏ ਸੁਗਰੀ ਨਹੀਂ ਇਹ ਤੇ ਮੌਲਾ ਬਖਸ਼ ਸੁਗਰੀ ਵਾਲੇ ਕੱਪੜੇ ਪਾਈ ਬੈਠਾ ਹੈ ਵੇਖ ਕਿਹੋ ਜਿਹਾ ਦੌਰ ਆਇਆ ਬੁੱਢੀ ਡਾਢੀ ਤੇ ਬੰਦਾ ਕਮਜ਼ੋਰ ਆਇਆ ਅੱਖ ਪੁੱਟ ਮੌਲਾ ਬਖਸ਼ ਲਾਹੌਰ ਆਇਆ ਤੂੰ ਬਾਹਰ ਗੱਡੀ ਤੇ ਜਾਂਦਾ ਕਿਉਂ ਨਹੀਂ ਹੈ ਲਾਹੌਰ ਆਇਆ ਜਾ ਜਾ ਕੰਮ ਕਰੋ ਆ ਤੁਸੀਂ ਚੰਗਾ ਤਮਾਸ਼ਾ ਬਣਾਈ ਖਲਣ ਸਿਰ ਦੇ ਪਰ ਸਿਰ ਕੱਢ ਕੇ ਇਹਨਾਂ ਕੀ ਬਿਮਾਰੀ ਹੋਈ ਆ ਕੀ ਤੈਨੂੰ ਹੋ ਕੀ ਗਿਆ ਹੈ ਓ ਬਾਬਾ ਤੇਰੀ ਆਏ ਮਾਰੇ ਸ਼ੇਰ ਪੜਨ ਵਾਲੀ ਜਾ ਕਬਰ ਮੈਂ ਦਹਿਨ ਵੇਖ ਜਾ ਆ ਜਾ ਅਗਾ ਤੋਰ ਆਪਾਂ ਦੇ ਕਿਉਂ ਰਹਿ ਲੈ ਬੇਇੱਜ਼ਤੀ ਕਰਵਾਵੀਏ ਜਿਹਦੇ ਗੱਲ ਕੁੱਟੋ ਅੰਨੇ ਕੋਟਦਾ ਤੇ ਨਾ ਗੱਲ ਘੁਟਾਓ ਨਾ ਅੰਨੇ ਬੁਰਾਓ ਉਹਦਾ ਦੁਪੱਟਾ ਲਾਇਆ ਹੋਰ ਹੁੰਦਾ ਇੱਕ ਕੱਟੋ ਲਾ ਵੀ ਸੁਣ ਲੈ ਭਰਾ ਮੌਲਾ ਬਖਸ਼ ਨੂੰ ਵੀ ਦੱਸ ਚ ਚਲੋ ਚਾਰ ਦੇਣੀ ਉਸ ਵਿਚਾਰੇ ਦੀਆਂ ਲੱਗ ਜਾਸਣ ਭੈਣ ਸੁਗਰਾ ਉਹ ਮੌਲਾ ਬਾਖ ਨੂੰ ਦੱਸੀ ਜਾ ਵੀ ਕੰਮ ਬਣ ਗਿਆ ਰੰਗ ਦਾ ਹਾਂ ਤੇ ਕੱਲ ਤੂੰ ਕੰਮ ਤੇ ਮੇਰੇ ਨਾਲ ਜਾਵੇ ਉਹਦੀ ਵਜ੍ਹਾ ਤੋਂ ਮੈਂ ਬੰਦਾ ਹੋਰ ਕੋਈ ਨਹੀਂ ਰੱਖਿਆ ਠੀਕ ਹੈ ਵੀ ਸੁਣ ਲਈ ਬਿਰਾ ਵੱਡਾ ਰਾਜ ਆ ਸੀ ਮੌਲਾ ਬਾਖ ਹਾਂ ਤੇ ਕਿਵੇਂ ਬੈਣ ਆਵਾਜ਼ ਖਰਾਬ ਜੀ ਹੋਈ ਪਈ ਆਵਾਜ਼ ਮੈਂ ਠੜ ਜੀ ਲੱਗ ਗਈ ਆ ਇਹ ਮੁਰ ਚੇਤੇ ਨਾ ਮੇਰੇ ਬੈਣ ਦੱਸੀ ਚਾਹੁੰਦਾ ਹਾਂ ਚੰਗਾ ਮੇਰਾ ਵਿਆਹ ਚੰਗਾ ਜਾ ਚੰਗਾ ਏ ਸ਼ੁਕਰ ਹੈ ਕਾਈ ਬਲਾਂ ਤੇ ਸਿੱਧੀ ਹੋਈ ਓਏ 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 ਮੌਲਾ ਬਖਸ਼ ਹੱਥ ਟਾਟੇ ਨਾਲ ਲਿਬੜੇ ਹੋਏ ਮੈਨੂੰ ਲੱਗਦਾ ਰੋਟੀ ਪੱਕੀ ਪਈ ਹੈ ਮੌਲਾ ਬਖਸ਼ ਰੋਟੀ ਪਕਾਈ ਹੈ ਮੈਨੂੰ ਭੁੱਖ ਲੱਗੀ ਖਲੋਤੀ ਹੈ ਥੱਕ ਗਿਆ ਇਹ ਸਰ ਦਰ ਬੁਖਰਾਂ ਦੇ ਭਾਂਡੇ ਦੋ ਦੋ ਦੇ ਆਟੇ ਗੁਨ ਗੁਨ ਤੇ ਰੋਟੀਆਂ ਜਿਹੜੀਆਂ ਨਾ ਕੋਈ ਨਹੀਂ ਪੱਕੀਆਂ ਔਖਾ ਕੰਮ ਤਾਂ ਮੈਨੂੰ ਕਿਵੇਂ ਗੱਲਾਂ ਕਰਨੀਆਂ ਹੈ ਕਰਨਾ ਹੀ ਹੈ ਯਾਰ ਮੈਂ ਤੂੰ ਵੀ ਨਾ ਕਰਮਾ ਲਿਆ ਇੱਥੇ ਬਾਹਰ ਤੇ ਸਹੀ ਗੁੱਸੇ ਨੂੰ ਛੱਡ ਇੱਥੇ ਆ ਵੀ ਨਾ ਅੱਛਾ ਮੈਂ ਬਾਹਨੀ ਆ ਹੁਣ ਰੋਟੀ ਕੋਈ ਨਹੀਂ ਪਕਾਏ ਕੋਈ ਨਹੀਂ ਤੇ ਜਦੋਂ ਤੂੰ ਆਉਣਾ ਹੀ ਆ ਰੋਟੀਆਂ ਮੈਂ ਪਕਾ ਕੇ ਰੱਖਦੀ ਆ ਭਾਵੇਂ ਸਾਲਨ ਹੁੰਦਾ ਆ ਜਾਂ ਨਹੀਂ ਹੁੰਦਾ ਆ ਕਰਮਾਲੀਆ ਜਿੰਦਾ ਕੰਮ ਹੋਵੇ ਨਾ ਉਸੇ ਨੂੰ ਸੋਹਣਾ ਲੱਗਦਾ ਤੇ ਮੈਂ ਤਾਂ ਅੱਗੇ ਘਰ ਬੈਠਾ ਗਲਤੀ ਜਿਹੜਾ ਤੇਰੇ ਮਨ ਦਬੇਕ ਬੈਠਾ ਇਹ ਦਬਕਾ ਜਿਹੜਾ ਹੁੰਦਾ ਰਹਿੰਦਾ ਮਾੜਾ ਮੋਟਾ ਘਰਾਂ ਦੇ ਵਿੱਚ ਤੂੰ ਹੁਣ ਗੁੱਸੇ ਨੂੰ ਛੱਡ ਜਿਹੜਾ ਤੇਰਾ ਕੰਮ ਹੈ ਹੁਣ ਤੂੰ ਸੰਭਾਲ ਜਿਹੜਾ ਮੇਰਾ ਕੰਮ ਹੁਣ ਮੈਂ ਸੰਭਾਲਣਾ ਆਹ ਗੱਲ ਸਹੀ ਹੈ ਮੇਰੇ ਕੋਲੇ ਪੱਠੇ ਕੋਨ ਵਡੀਜੇ ਤੇ ਮੈਂ ਵੀ ਉੱਥੇ ਇੱਕ ਭਾਈ ਆ ਨਾ ਕਿ ਮੈਨੂੰ ਪੱਠੇ ਵਾੜ ਕੇ ਦੇ ਤੋ ਉਹਨੇ ਮੈਨੂੰ ਵਾੜ ਕੇ ਦਿੱਤਨ ਥੋੜੇ ਜੇ ਐਸੀ ਮਜ਼ੀਦ ਫਨੀ ਵੀਡੀਓਜ਼ ਦੇਖਣੇ ਕੇ ਲੀਏ ਹਮਾਰੇ ਚੈਨਲ ਰਚਨਾਵੀ ਟੀਵੀ ਕੋ ਸਬਸਕ੍ਰਾਈਬ ਕਰੇਂ।